ਤੁਸੀਂ ਦੇਖ ਰਹੇ ਹੋ ਆਜ਼ਾਦ ਲਾਈਵ ਟੀਵੀ ਜਿੱਥੇ ਸਾਉਣ ਦੇ ਮਹੀਨੇ ਵਿੱਚ ਯਾਤਰੀ ਮਾਂ ਚਿੰਤਪੁਰਨੀ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ। ਉੱਥੇ ਹੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਹਨੂੰਮਾਨਗੜ੍ਹ ਲੰਗਰ ਕਮੇਟੀ ਰਾਜਸਥਾਨ ਵੱਲੋਂ 24 ਘੰਟਿਆਂ ਦਾ ਲੰਗਰ ਲਗਾਇਆ ਗਿਆ। ਪ੍ਰਧਾਨ ਸੰਜੂ ਸਿੰਗਲਾ, ਮੰਗਤ ਰਾਏ ਗਰਗ, ਉਹਨਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤ ਨੂੰ ਲੰਗਰ ਖਵਾਇਆ। ਅਤੇ ਨਾਲ ਹੀ ਉਹਨਾਂ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਚਿੰਤਪੁਰਨੀ ਸੇਵਾ ਸਮਿਤੀ ਹਨੂੰਮਾਨਗੜ੍ਹ ਦੀ ਔਰ ਸੇ 24 ਘੰਟੇ ਦਾ ਲੰਗਰ 9 ਸੇ 16 ਤਾਰੀਖ ਤੱਕ ਚਲਵਾਇਆ ਜਾ ਰਿਹਾ। ਮਾਤਾ ਕੀ ਅਸਹਿਮ ਕਿਰਪਾ ਸੇ ਇਹ ਲੰਗਰ ਅੱਛੇ ਤਰੀਕੇ ਸੇ ਚਲਾਇਆ ਜਾ ਰਿਹਾ ਹੈ। ਬਹੁਤ ਸੰਗਤ ਆਈ ਜਾ ਰਹੀ ਹੈ ਔਰ ਆਜ਼ਾਦ ਟੀਵੀ ਵਾਲੇ ਸਾਰਾ ਲਾਈਵ ਟੈਲੀਕਾਸਟ ਕਰ ਰਹੇ ਹੈ, उनका भी हम आभार व्यक्त करते हैं। और हमारे जो साथी हैं मंगत राय जी गर्ग और बाकी जो भी हमारे सदस्य हैं, टीम के सदस्य हैं, वो 24 घंटे इस मंदिर की ड्यूटी कर रहे हैं।
खजाना खाली नहीं कर रहे, इसके अंदर के अंदर सब माता की सेवा में लगे हुए हैं भक्तजन। और आजाद टीवी वालों का भी मैं बहुत बहुत धन्यवाद करता हूँ।